ਦੋਸਤੋ ਸਤਿ ਸ਼੍ਰੀ ਅਕਾਲ, ਮੈਂ ਹਰਚਰਨ ਸਿੰਘ ਪਰਹਾਰ ਅਤੇ ਤੁਹਾਡੇ ਲਈ ਇੱਕ ਕਵਿਤਾ ਲੈ ਕੇ ਹਾਜ਼ਰ ਹਾਂ। ਅਤੇ ਇਹ ਕਵਿਤਾ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦੀ ਲਿਖੀ ਹੋਈ ਆ। ਅਤੇ ਇਹਦੇ ਵਿੱਚ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਸੰਬੋਧਨ ਹੋ ਕੇ ਇਹ ਲਿਖੀ ਆ। ਅਤੇ ਉਹਦੇ ਵਿੱਚ ਉਹਨਾਂ ਨੇ ਅੱਜ ਦੇ ਹਾਲਾਤਾਂ ਬਾਰੇ ਗੱਲ ਕੀਤੀ ਆ ਅਤੇ ਗੁਰੂ ਸਾਹਿਬ ਤੋਂ ਮੰਗ ਕੀਤੀ ਆ ਕਿ ਹੁਣ ਉਹਨਾਂ ਨੂੰ ਦੁਬਾਰਾ ਆਉਣ ਪੰਜਵੀਂ ਉਦਾਸੀ ਲਈ। ਅਤੇ ਆਓ ਸੁਣਦੇ ਹਾਂ ਇਹ ਕਵਿਤਾ, ਗੁਰੂ ਨਾਨਕ ਅਤੇ ਅੱਜ। ਕਿਰਤ ਕਰੋ ਅਤੇ ਆਪੋ 'ਚ ਵੰਡ ਖਾਓ, ਕਿਰਤ ਕਰੋ ਅਤੇ ਆਪੋ 'ਚ ਵੰਡ ਖਾਓ, ਸਾਰੀ ਧਰਤੀ ਦੇ ਉੱਤੇ ਪ੍ਰਚਾਰਿਆ ਸੀ ਭੱਜਾ ਆਇਓ ਮਰਦਾਨੇ ਦੀ ਰੱਖਿਆ ਨੂੰ, ਸੱਚੇ ਇਸ਼ਕ ਦਾ ਸਿਲਾ ਤੂੰ ਉਤਾਰਿਆ ਸੀ। ਕਿਰਤ ਕਰੋ ਅਤੇ ਆਪੋ 'ਚ ਵੰਡ ਖਾਓ, ਸਾਰੀ ਧਰਤੀ ਦੇ ਉੱਤੇ ਪ੍ਰਚਾਰਿਆ ਸੀ ਭੱਜਾ ਆਇਓ ਮਰਦਾਨੇ ਦੀ ਰੱਖਿਆ ਨੂੰ, ਸੱਚੇ ਇਸ਼ਕ ਦਾ ਸਿਲਾ ਤੂੰ ਉਤਾਰਿਆ ਸੀ। ਜਿਹੜਾ ਕਰੇ ਸੇਵਾ ਉਹੀ ਖਾਵੇ ਮੇਵਾ, ਦੈਵੀ ਹੱਕਾਂ ਨੂੰ ਤੂੰ ਲਲਕਾਰਿਆ ਸੀ। ਰਾਜੇ ਅਫਸਰਾਂ ਤੋਂ ਕਦੇ ਭਲਾ ਨਹੀਂ, ਫਿਰ ਕੂ ਧਰਮ ਦਾ ਨਸ਼ਾ ਉਤਾਰਿਆ ਸੀ। ਅਤੇ ਅੱਜ ਕੀ ਹੋ ਰਿਹਾ ਕਿ ਮਜ਼੍ਹਬੀ ਕਾਂਗ ਹੈ ਹੜਾਂ ਦੇ ਵਾਂਗ ਆਈ, ਮਜ਼੍ਹਬੀ ਕਾਂਗ ਹੈ ਹੜਾਂ ਦੇ ਵਾਂਗ ਆਈ, ਸੱਚੇ ਧਰਮ ਨੂੰ ਜਿਹਨੇ ਹੈ ਰੋੜ ਦਿੱਤਾ, ਮੁਸਲਿਮ ਹਿੰਦੂ ਦੀ ਪਿਆਰ ਗਲਵੱਕੜੀ ਨੂੰ ਸਾਮਰਾਜ ਨੇ ਫੁੱਟ ਪਾ ਤੋੜ ਦਿੱਤਾ। ਇੰਨੇ ਵਧੇ ਨੇ ਭੂਮੀਏ ਮਲਕ ਸੱਜਣ, ਇੰਨੇ ਵਧੇ ਨੇ ਭੂਮੀਏ ਮਲਕ ਸੱਜਣ, ਤੈਥੋਂ ਇਹਨਾਂ ਦੀ ਗਿਣਤੀ ਨਹੀਂ ਕਰੀ ਜਾਣੀ, ਰਾਖੀ ਲਾਲੋ ਮਰਦਾਨੇ ਦੀ ਕਰੇਗਾ ਕੀ, ਰਾਖੀ ਲਾਲੋ ਮਰਦਾਨੇ ਦੀ ਕਰੇਗਾ ਕੀ, ਆਪਣੀ ਮਾਲਾ ਦੀ ਰਾਖੀ ਨਹੀਂ ਕਰੀ ਜਾਣੀ। ਜੇ ਤੂੰ ਕਹੇ ਸੰਗੀਤ ਦਾ ਪਾ ਜਾਦੂ, ਜੇ ਤੂੰ ਕਹੇ ਸੰਗੀਤ ਦਾ ਪਾ ਜਾਦੂ, ਜਿੱਤ ਲਏਗਾ ਤਿੱਖੇ ਪਖੰਡੀਆਂ ਨੂੰ, ਮਿਲਖਾਂ ਵਾਲੜੇ ਇਸੇ ਸੰਗੀਤ ਅੱਗੇ, ਸ਼ਾਮੀ ਰੋਜ਼ ਨਵਦੇ ਰੰਡੀਆਂ ਨੂੰ। ਜੇ ਤੂੰ ਕਹੇ ਸੰਗੀਤ ਦਾ ਪਾ ਜਾਦੂ, ਜਿੱਤ ਲਏਗਾ ਤਿੱਖੇ ਪਖੰਡੀਆਂ ਨੂੰ, ਮਿਲਖਾਂ ਵਾਲੜੇ ਇਸੇ ਸੰਗੀਤ ਅੱਗੇ, ਸ਼ਾਮੀ ਰੋਜ਼ ਨਚਾਵਦੇ ਰੰਡੀਆਂ ਨੂੰ। ਇੱਥੇ ਕਲਾ ਅਤੇ ਕਿਰਤ ਦੀ ਪਏ ਲੋਟੀ, ਇੱਥੇ ਕਲਾ ਅਤੇ ਕਿਰਤ ਦੀ ਪਏ ਲੋਟੀ, ਬਾਣੀ ਸੁਣਨ ਤੋਂ ਲੋਕਾਂ ਜਵਾਬ ਦੇਣਾ, ਤੂੰ ਵੀ ਮਹਿੰਗ ਦੀ ਤੰਗੀ ਤੋਂ ਤੰਗ ਆ ਕੇ, ਰੋਟੀ ਲਈ ਅੱਜ ਵੇਚ ਰਵਾਬ ਦੇਣਾ। ਸਾਦਾ ਯੁੱਗ ਤੇਰਾ ਗੁੰਝਲਦਾਰ ਸਾਡਾ, ਸਾਦਾ ਯੁੱਗ ਤੇਰਾ ਗੁੰਝਲਦਾਰ ਸਾਡਾ, ਨਿਰਾ ਸਰਨਾ ਨਹੀਂ ਸਤ ਕਰਤਾਰ ਕਹਿ ਕੇ, ਜੇਕਰ ਫਿਰ ਤੂੰ ਆਉਣਾ ਏ ਜੱਗ ਉੱਤੇ, ਤਾਂ ਫਿਰ ਆਈ ਤੂੰ ਹੁਣ ਕੋਲ ਤਰਵਾਰ ਲੈ ਕੇ। ਸਾਦਾ ਯੁੱਗ ਸੀ ਤੇਰਾ ਗੁੰਝਲਦਾਰ ਸਾਡਾ, ਨਿਰਾ ਸਰਨਾ ਨਹੀਂ ਸਤ ਕਰਤਾਰ ਕਹਿ ਕੇ, ਜੇਕਰ ਫਿਰ ਤੂੰ ਆਉਣਾ ਏ ਜੱਗ ਉੱਤੇ, ਤਾਂ ਫਿਰ ਆਈ ਹੁਣ ਕੋਲ ਤਲਵਾਰ ਲੈ ਕੇ। ਕਾਜੀ ਪਾਦਰੀ ਭਿਕਸ਼ੂ ਭਾਈ ਜੈਨੀ, ਕਾਜੀ ਪਾਦਰੀ ਭਿਕਸ਼ੂ ਭਾਈ ਜੈਨੀ, ਸੱਚੇ ਧਰਮ ਦੇ ਉੱਤੇ ਕਾਰੀ ਚੋਟ ਬਾਬਾ, ਵੇਖ ਅੱਜ ਕਿੰਨੇ ਇੱਜੜ ਵਿਹਲੜਾਂ ਦੇ, ਤੇਰੇ ਲਾਲੋ ਦੇ ਚਰ ਗਏ ਮੋਠ ਬਾਬਾ। ਕਿਹਨੂੰ ਕਿਹਨੂੰ ਸੁਧਾਰੇਗਾ ਦੱਸ ਆ ਕੇ, ਕਿਹਨੂੰ ਕਿਹਨੂੰ ਸੁਧਾਰੇਗਾ ਦੱਸ ਆ ਕੇ, ਲੰਮੇ ਪੈਂਡੇ ਨੇ ਤੈਨੂੰ ਘੁਰਕਾ ਜਾਣਾ, ਲੰਮੇ ਪੈਂਡੇ ਨੇ ਤੈਨੂੰ ਘੁਰਕਾ ਦੇਣਾ, ਹੋਕਾ ਸੱਚ ਦਾ ਦਿੱਤਾ ਜੇ ਪੁਲਿਸ ਹੱਥੋਂ, ਅੱਤਵਾਦੀ ਕਹਿ ਕੇ ਮਰਵਾ ਦੇਣਾ। ਹੋਕਾ ਸੱਚ ਦਾ ਦਿੱਤਾ ਜੇ ਪੁਲਿਸ ਹੱਥੋਂ, ਅੱਤਵਾਦੀ ਕਹਿ ਕੇ ਮਰਵਾ ਦੇਣਾ। ਨਰਕ ਸੁਰਗ ਦੇ ਨਾਰੇ 'ਤੇ ਲੁੱਟਦੇ ਨੇ, ਨਰਕ ਸੁਰਗ ਦੇ ਨਾਰੇ 'ਤੇ ਲੁੱਟਦੇ ਨੇ, ਤੇਰੇ ਨਾਂ ਚੜ੍ਹਾਵੇ ਵੀ ਵੰਡਦੇ ਨੇ ਤੇਰੇ, ਪਰ ਤੇਰੇ ਵਾਂਗ ਜੋ ਸੱਚ ਦਾ ਦਏ ਹੋਕਾ, ਉਹਨੂੰ ਨਾਸਤਕ ਆਖ ਕੇ ਭੰਡਦੇ ਨੇ। ਨਰਕ ਸੁਰਗ ਦੇ ਨਾਰੇ 'ਤੇ ਨਰਕ ਸੁਰਗ ਦੇ ਨਾਰੇ 'ਤੇ ਲੁੱਟਦੇ ਨੇ, ਤੇਰੇ ਨਾਂ ਚੜ੍ਹਾਵੇ ਵੀ ਵੰਡਦੇ ਨੇ, ਪਰ ਤੇਰੇ ਵਾਂਗ ਜੋ ਸੱਚ ਦਾ ਦਏ ਹੋਕਾ, ਉਹਨੂੰ ਨਾਸਤਕ ਆਖ ਕੇ ਭੰਡਦੇ ਨੇ। ਤੇਰੇ ਨਾਂ ਥੱਲੇ ਲੱਖਾਂ ਜ਼ੁਲਮ ਹੁੰਦੇ, ਤੇਰੇ ਨਾਂ ਥੱਲੇ ਲੱਖਾਂ ਜ਼ੁਲਮ ਹੁੰਦੇ, ਡੰਕੇ ਚੋਟ ਲਾ ਕੇ ਤੂੰ ਤੈਨੂੰ ਕਹਾਂਗਾ ਮੈਂ, ਜੇ ਤੂੰ ਰੀਝੇਗਾ ਐਵੇਂ ਅਡੰਬਰਾਂ 'ਤੇ, ਬਾਗੀ ਤੇਰੀ ਖੁਦਾਈ ਤੋਂ ਰਹਾਂਗਾ ਮੈਂ। ਤੇਰੇ ਨਾਂ ਥੱਲੇ ਲੱਖਾਂ ਜ਼ੁਲਮ ਹੁੰਦੇ, ਡੰਕੇ ਚੋਟ ਲਾ ਕੇ ਤੈਨੂੰ ਕਹਾਂਗਾ ਮੈਂ, ਜੇ ਤੂੰ ਰੀਝੇਗਾ ਐਵੇਂ ਅਡੰਬਰਾਂ 'ਤੇ, ਬਾਗੀ ਤੇਰੀ ਖੁਦਾਈ ਤੋਂ ਰਹਾਂਗਾ ਮੈਂ। ਨਿਰਾ ਝੂਠ ਨਹੀਂ ਇੱਥੇ ਕੁਝ ਸੱਚ ਵੀ ਏ, ਨਿਰਾ ਝੂਠ ਨਹੀਂ ਇੱਥੇ ਕੁਝ ਸੱਚ ਵੀ ਏ, ਜਾਈ ਝੂਠ ਤੋਂ ਨਾ ਘਬਰਾ ਬਾਬਾ,
ਜਿਹੜੇ ਜੂਝ ਦੇ ਲਾਲੋ ਹਨ ਸੱਚ ਖਾਤਰ, ਤੈਨੂੰ ਹੱਥਾਂ 'ਤੇ ਲੈਣਗੇ ਚਾਹ ਬਾਬਾ। ਨਿਰਾ ਝੂਠ ਨੇ ਇੱਥੇ ਕੁਝ ਸੱਚ ਵੀ ਏ, ਜਾਈ ਝੂਠ ਤੋਂ ਨਾ ਘਬਰਾ ਬਾਬਾ। ਜਿਹੜੇ ਜੂਝ ਦੇ ਲਾਲੋ ਹਨ ਸੱਚ ਖਾਤਰ, ਤੈਨੂੰ ਹੱਥਾਂ 'ਤੇ ਲੈਣਗੇ ਚਾਹ ਬਾਬਾ। ਤੰਗ ਆਏ ਮਜ਼ਦੂਰ ਨੇ ਲੋਟੂਆਂ ਤੋਂ, ਤੇਰੇ ਵਰਗੀ ਅਗਵਾਈ ਉਡੀਕਦੇ ਨੇ। ਜੇਰਾ ਕੱਢੀ ਉਦਾਸੀ ਤੂੰ ਪੰਜਵੀਂ ਨੂੰ, ਤੈਨੂੰ ਲਾਲੋ ਦੇ ਭਾਈ ਉਡੀਕਦੇ ਨੇ। ਤੰਗ ਆਏ ਨੇ ਕਿਰਤੀ ਲੋਟੂਆਂ ਤੋਂ, ਤੇਰੇ ਵਰਗੀ ਅਗਵਾਈ ਉਡੀਕਦੇ ਨੇ। ਜੇਰਾ ਕੱਢੀ ਉਦਾਸੀ ਤੂੰ ਪੰਜਵੀਂ ਨੂੰ, ਤੈਨੂੰ ਲਾਲੋ ਦੇ ਭਾਈ ਉਡੀਕਦੇ ਨੇ। ਥੈਂਕ ਯੂ।